ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਦੁਨੀਆ ਭਰ ਦੇ ਵਿੱਚ ਲਓ ਜੀ ਅਸੀਂ ਤੁਹਾਨੂੰ ਲਾਈਵ ਤੁਹਾਡੇ ਰੂਬਰੂ ਹੋ ਰਹੇ ਹਾਂ ਮੇਰਾ ਜੱਦੀ ਪਿੰਡ ਖੇਮੂ ਵਾਲਾ ਜ਼ਿਲ੍ਹਾ ਬਠਿੰਡਾ ਇੱਕ ਤਾਂ 22 ਸਵੇਰ ਤੱਕ ਕਮੈਂਟਰੀ ਕਰਨ ਨੂੰ ਨਹੀਂ ਹਟਦਾ ਸਾਡੇ ਨਾਲ ਵੱਧ ਡਾਇਲੋਗ ਇਹ ਬੋਲਦਾ ਨਹੀਂ ਨਹੀਂ ਉਹਨੇ ਧੱਕਾ ਨਹੀਂ ਕਰਨਾ ਯਾਰ ਪਿਆਰ ਨਾਲ ਕੋਈ ਨਾ ਉਹ ਕੀ ਕਰੇ ਇਸ ਵੇਲੇ ਮੂਰਤ ਹੋਇਆ ਹੋਇਆ ਦੇਖਾ ਪਿੰਡ ਆਏ ਉਹ ਕਹਿੰਦੇ ਅਸੀਂ ਕਿਦੋਂ ਲਈਦੇ ਆ ਸਾਡਾ ਕਾਕਾ ਪਿੰਡ ਆਇਆ ਹੈ ਤੇ ਆਖਵਾ ਤੂੰ ਐਵੇਂ ਰੋ ਮਾਰੀ ਜਾਂਦਾ ਯਾਰ ਉਹ ਨੂੰ ਕਹਿੰਦਾ ਅਸੀਂ ਸ਼ੂਟਿੰਗ ਸਾਰੀ ਖਤਮ ਕਰ ਲਈ ਸਟੈਲਨ ਨੇ ਉਧਰੋਂ ਕੈਮਰਾ ਫੜਿਆ ਮੇਰੀ ਬਹੁਤ ਬਸ ਹੋਈ ਪਈ ਆ ਇੱਕ ਤਾਂ ਬੜੀ ਮਾੜੀ ਗੱਲ ਹੈ ਯਾਰ ਜਿਹੜੀ ਅਸੀਂ ਥਾਂ ਦਾ ਪ੍ਰਾਣੀ ਫੂਕਦੇ ਆ ਜਿਹੜਾ ਕੱਲ ਦੋ ਦਿਨ ਹੋ ਗਏ ਮੋਗੇ ਇੱਥੇ ਲੋਕਾਂ ਦਾ ਸਾਰਿਆਂ ਦਾ ਦੁੱਭਰ ਹੋਇਆ ਪਿਆ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਪੋਲੂਸ਼ਨ ਜਿਹੜਾ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤੇ ਅਸੀਂ ਸਾਰਾ ਨੁਕਸਾਨ ਕਰ ਰਹੇ ਹਾਂ ਖੈਰ ਅਸੀਂ ਸ਼ੂਟਿੰਗ ਤੋਂ ਖਤਮ ਹੋਏ ਤੇ ਫਿਰ ਪਿੰਡ ਵਾਲੇ ਕਹਿੰਦੇ ਵੀ ਐਂ ਨਹੀਂ ਜਾਣ ਦੇਣਾ ਕਾਕੇ ਕਹਿੰਦਾ ਸਾਨੂੰ ਅਜੇ ਹੁਣ ਸੁਣਾ ਕੇ ਜਾਂ ਛੰਦ ਜਿਵੇਂ ਨਿੱਕੇ ਹੁੰਦੇ ਲਾਉਂਦੇ ਹੁੰਦੇ ਸੀ ਤੁਸੀਂ ਤੇ ਫਿਰ ਜਿਸ ਤਰ੍ਹਾਂ ਦਾ ਵੀ ਸਾਊਂਡ ਆ ਅਸੀਂ ਤੁਹਾਨੂੰ ਇੱਕ ਕਲੀ ਸੁਣਾਉਂਦੇ ਹਾਂ ਆ ਸਾਰਾ ਪਹਿਲੇ ਦਾ ਮਾਹੌਲ ਦਿਖਾ ਦੇ ਸਟਾਲਨ ਸ਼ੂਟਿੰਗ ਸਾਰੀ ਇੱਥੇ ਹੁਣ ਹੋ ਗਈ ਖਤਮ ਜੀ ਅੱਗੇ ਜਿਹੜਾ ਤਾਂ ਬਿੰਦਰੀ ਆ ਮੋੜ ਲੱਗਿਆ ਹੋਇਆ ਪਿੱਛੇ ਘੋੜੀਆਂ ਬੋਤੇ ਸਾਰੇ ਹੋ ਗਏ ਵਿਹਲੇ ਤੇ ਹੁਣ ਵੈਸੇ ਬਿੰਦਰ ਨੂੰ ਤਾਂ ਜਾਣਾ ਚਾਹੀਦਾ ਸਭ ਦਾ ਹਿਸਾਬ ਕਿਤਾਬ ਕਰੇ ਹੁਣ ਇਹ ਵੀ ਤੁਹਾਡੇ ਨਾਲ ਮੈਂ ਇੱਕ ਹੋਰ ਜਿਹੜੀ ਗੱਲ ਸਾਂਝੀ ਕਰ ਰਿਹਾ ਜੀ ਜਦੋਂ ਮੈਂ ਤੇ ਗੁਰਸੇਵਕ ਨੇ ਗਾਉਣਾ ਸ਼ੁਰੂ ਕੀਤਾ ਸਾਡੇ ਪਿੰਡ ਇੱਥੇ ਕੁਟੀਆ ਦੇ ਵਿੱਚ ਸਭ ਤੋਂ ਪਹਿਲਾਂ ਪਾਰ ਸਾਹਿਬ ਸ਼੍ਰੋਮਣੀ ਕਮਿਸ਼ਨ ਕਰਾਇਆ ਸੀ ਪਾਰਸ ਰਾਮੂ ਵਾਲੀਆ ਸਾਹਿਬ ਤੇ ਉਹਨਾਂ ਦਾ ਜੱਥਾ ਉਸ ਵਕਤ ਦੇ ਆਪਦੇ ਸਮੇਂ ਦੇ ਉਹ ਬਹੁਤ ਵੱਡੇ ਸਟਾਰ ਤੇ ਉਹਨਾਂ ਦੇ ਨਾਲ ਜਿਹੜੇ ਦੋ ਮੇਨ ਸਾਥੀ ਸੀ ਇੱਕ ਸੀ ਕਰਤਾਰ ਮੰਡੀ ਕਲਾਂ ਕਰਤਾਰ ਸਿੰਘ ਸਿੱਧੂ ਮੰਡੀ ਕਲਾਂ ਤੇ ਦੂਸਰਾ ਨਾਲ ਜਿਹੜਾ ਸਾਥੀ ਸੀ ਉਹ ਸੀ ਸਰੰਗੀ ਮਾਸਟਰ ਚਮਕੌਰ ਸਿੰਘ ਸੇਖੋ ਭੋਤਰਾ ਸਾਹਿਬ ਤੇ ਅੱਜ ਕੱਲ੍ਹ ਕੈਨੇਡਾ ਰਿਚਮੈਂਡ BC 'ਚ ਸੈਟਲ ਆ ਤੇ ਜਿਹੜੇ ਉਦੋਂ ਜੰਮੇ ਨਹੀਂ ਸੀ ਉਹ ਤਾਂ ਖੈਰ ਕਹਿ ਨਹੀਂ ਸਕਦੇ ਪਰ ਜਿਹੜੇ ਸਿਆਣੇ ਹੋਣਾ ਤੁਸੀਂ ਸੇਖੋ ਸਾਹਿਬ ਨੂੰ ਹੈ ਬਹਿ ਕੇ ਸੁਣਿਆ ਇੱਧਰ ਮਾੜਾ ਕਹਿੰਦਾ ਬਾਈ ਕਹਿੰਦਾ ਆਈ ਬਹਿ ਕੇ ਸੁਣਿਆ ਕੁੱਟ ਕੇ ਤੂੰ ਆਈ ਬਹਿ ਕੇ ਸੁਣਦੇ ਹੁੰਦੇ ਸੀ ਅਸੀਂ ਵੀ ਆਈ ਸੁਣਦੇ ਹੁੰਦੇ ਸੀ ਮੈਂ ਤੇ ਸੇਖ ਵੀ ਤੇ ਚਮਕੌਰ ਸਿੰਘ ਸੇਖੋ ਸਾਹਿਬ ਕਹਿੰਦੇ ਵੀ ਮੈਂ 35 ਸਾਲਾਂ ਬਾਅਦ ਖੇਮੂ ਵਾਲੇ ਆਇਆ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਦੇ ਨਾਲ ਸਵਾਗਤ ਕਰਕੇ ਆਪਣੇ ਪਿੰਡ ਫੇਰ ਆਏ ਆ ਤੇ ਮੈਨੂੰ ਯਾਦ ਆ ਵੀ ਜਦੋਂ ਕੁਟੀਆ 'ਚ ਕਿਤੇ ਇਹਨਾਂ ਨੇ ਕਮਲਾ ਭਗਤ ਨਹੀਂ ਸੁਣਾਉਣੀ ਕਿਤੇ ਸ਼ਹੀਦ ਊਧਮ ਸਿੰਘ ਦਾ ਪ੍ਰਸੰਗ ਸੁਣਾਉਣਾ ਕਦੇ ਰਾਜੇ ਹਰੀਚੰਦ ਦਾ ਸੁਣਾਉਣਾ ਤੇ ਫਿਰ 4000 ਘੰਟੇ ਕੋਈ ਹਿਲਦਾ ਨਹੀਂ ਹੁੰਦਾ ਸੀ ਪਿੰਡਾਂ ਦੇ ਪਿੰਡਾਂ ਦਾ ਇਕੱਠ ਹੁੰਦਾ ਸੀ ਖੈਰ ਉਹ ਗਾਉਣੋ ਮਾਹੌਲ ਰਹੇ ਨਹੀਂ ਹੁਣ ਚੱਕ ਲਓ ਵੱਢ ਲਓ ਪਸਤੌੜ ਮਾਰ ਲਓ ਚਲੋ ਖੈਰ ਗਾਹ ਕੀ ਬੋਲਣਾ ਆਪਾਂ ਕੀ ਕਰ ਸਕਦੇ ਖੈਰ ਜਿਹੜਾ ਇੱਕ ਪੁਰਾਣਾ ਰੰਗ ਆ ਸੇਖੋ ਸਾਹਿਬ ਕਲੀ ਕਰਾ ਦਈਏ ਮੇਰੀ ਤਿਆਰੀ ਨਹੀਂ ਕੋਈ ਪਰ ਜਿੰਨੀ ਕਿ ਤਿਆਰੀ ਹੈ ਉਹਨਾਂ ਕਰਾ ਲੈਂਦੇ ਆ ਸੋ ਸਾਡੇ ਪਿੰਡ ਖੇਮੂ ਵਾਲੇ ਕਿਵੇਂ ਲੱਗਿਆ ਅੱਜ ਕਿਵੇਂ ਮੈਨੂੰ ਤਾਂ ਇਦਾਂ ਲੱਗਦਾ ਜੀ 35 ਸਾਲ ਪਹਿਲਾਂ ਲੱਗਦਾ ਜੀ ਉਸ ਤਰ੍ਹਾਂ ਹੀ ਲੱਗਦਾ ਜੀ ਬਸ ਖਾਲੀ ਬਾਈ ਹੈ ਨਹੀਂ ਅੱਜ ਬਾਈ ਹਾਂ ਬਾਈ ਸਾਡੇ ਕਰਦੇ ਆ ਬਾਕੀ ਕੋਈ ਘਰ ਨਹੀਂ ਬਾਈ ਦੀ ਘਰ ਦੀ ਜਾਨ ਰਣਕ ਦੀ ਇੱਕ ਭੋਲੇ ਬੇਟੇ ਬਾਈ ਜਸਵੀਰ ਭੋਲਾ ਮੇਰਾ ਭਾਈ ਵੱਡਾ ਤੇ ਬਾਈ ਉਹਨਾਂ ਨਾਲ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਅਸੀਂ ਬਾਈ ਜੀ ਕਹਿੰਦੇ ਹੁੰਦੇ ਸੀ ਸਰਦਾਰ ਰਣਜੀਤ ਸਿੰਘ ਹੋਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਸੁਣਿਆ ਘਣੀਆਂ ਪਿੰਡ ਇੱਥੋਂ ਨਾਲ ਹੀ ਸਾਡੇ ਮਲੂਕਾ ਘਣੀਆਂ ਅਰਮਾਣਾ ਤੇ ਫਿਰ ਜਦ ਪਹਿਲੀ ਵਾਰ ਸਾਡੇ ਪਿੰਡ ਖਾੜਾ ਲਾਉਣ ਆਏ ਸਾਨੂੰ ਐਸੀ ਚਿਣਗ ਲੱਗੀ ਮੈਨੂੰ ਤੇ ਗੁਰਸੇਵਕ ਨੂੰ ਅਸੀਂ ਕਮਿਸ਼ਨਰੀ ਢੰਗ ਸੈਲੀ ਸ਼ੁਰੂ ਕੀਤੀ ਤੇ ਅੱਜ ਤੁਹਾਡੇ ਸਾਹਮਣੇ ਹੁਣ ਪਿਛਲੇ 24-25 ਸਾਲਾਂ ਤੋਂ ਸਿੰਘ ਸਾਹਿਬ ਅੱਗੇ ਆ ਜਾਓ ਜਗਮੀਤ ਮੱਤਾ ਜੀ ਸਾਹਿਬ ਮਾਨ ਸਾਹਿਬ ਮੇਰਾ ਵੀਰ ਸਾਰੇ ਸੰਗ ਦੇ ਗੁਰਪ੍ਰੀਤ ਅੱਗੇ ਆ ਜਾਓ ਇਹ ਸਾਡੇ ਬਹੁਤ ਸਭ ਤੋਂ ਪਹਿਲਾਂ ਜਿਹੜਾ ਸਾਡਾ ਉਦੋਂ ਰਿਕਾਰਡ ਹੁੰਦਾ ਹੈ ਸੀ ਤਰੀ ਧਰ ਤੁਰਨਾ ਪੈਂਦਾ ਪ੍ਰੇਮ ਗਈ ਤੇ ਹਰਭਾਈ ਨੇ ਤੇ ਗੁਰਸੇਵਕ ਨੇ ਉਹ ਸੰਗੀ ਦੇ ਉੱਤੇ ਉਹ ਕੁੜੀਆਂ ਚਲਾ ਰਹੀ ਸੀ ਤਰੀ ਧਰ ਤੁਰਨਾ ਪੈਂਦਾ ਪ੍ਰੇਮ ਗਈ ਸਟੇਜ ਔਰ ਅਮਰਜੀਤ ਸਿੰਘ ਢਿੱਲੋਂ ਸਾਹਿਬ ਬੜੇ ਸੀਨੀਅਰ ਪੱਤਰਕਾਰ ਨੇ ਔਰ ਇਹਨਾਂ ਦਾ ਪਿੰਡ ਕਦੇ ਜਾ ਕੇ ਇਹ ਪਿੰਡ ਕਿੰਨੇ ਖੂਬਸੂਰਤ ਹੋ ਸਕਦੇ ਆ ਪਿੰਡਾਂ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਜੇ ਉਹਦੀ ਕਿਤੇ ਧਾਰ ਦੇਖਣੀ ਤਾਂ ਦਬੜੀ ਖਾਣੇ ਵਾਲੇ ਪਿੰਡ ਕਿਤੇ ਜਾ ਕੇ ਦੇਖਿਓ ਗੁਰਪ੍ਰੀਤ ਮਾਨ ਮੇਰਾ ਜੀ ਛੋਟਾ ਵੀਰ ਆ
जगमीत मत्ता जी बहुत खूबसूरत कलम बहुत वधिया लिखते हैं जी। सो ये भी अज मेले च आए से इन्हों भी जी आया साढ़े पिंड वाले कैमरे आए ताली खड़े है जनाना बाग सी मर्द उथे आ नहीं सकते सी हीर सहेलियां नाल खेडन गई जो खेल के वापस आई तो देखा भी मेरे पंग ते आ करा के सुता पिया बिना दसी कदियां छमका हीर लगी रांझे ने छमका मारन ते फिर रांझा मुंह तो पल्ला जा चुक के हीर नाल गल्ला करदा जवाब दिंदा हीर नूं भी हीरे परदेसी नाल तू चंगा नहीं कीता ऐ करदे नहीं हुंदे परदेसी ना चल के थोड़े पिंड आया होवे जिवें सलूक तू कीता मेरे नाल मैं याद है कली मैं ICU दे विच साडे सभ्याचार दा बाबा बोर्ड जयदेव सिंह जसोवाल साहब अखीरले दिनां ते सी आपदी जिंदगी छड्ड के अखीरले दिनां च ते मैनूं जांदे जांदे कहिंदे काके मैनूं हीर दी कली सुणा दे तो ओही हीर दी कली हुण पल्ला ला के रांझा मूंह तों हीर दे नाल गल्लां करदा चमकौर सिंह सिख भूत ना के पल्ला रांझा होए ना निम्रता बोल रहा
ਸਾਡਾ ਪਿੱਛੇ ਰਹਿ ਗਿਆ ਹੁਣ ਮਾਮੇ ਨੇ ਆ ਭਾਈ ਮੇਰੇ ਆਪਣਾ ਆਇਆ ਸੱਭਿਆਚਾਰਕ ਮੰਚ ਦੇ ਸਾਰੇ ਬੰਦੇ ਆਏ ਨੇ ਲਓ ਜੀ ਕਹਿੰਦੇ ਸਾਡਾ ਸੱਭਿਆਚਾਰ ਮੰਚ ਨਾ ਮੁਫਤ ਜੀ ਬਰਾਉਨ ਨੂੰ ਫਿਰਦੇ ਸੱਭਿਆਚਾਰ ਤੇ ਵਿਰਾਸਤ ਮੰਚ ਪੰਜਾਬ ਜੀ ਇਹ ਮਾਮਾ ਮੇਰਾ ਸਭ ਤੋਂ ਛੋਟਾ ਮਾਮਾ ਜੀ ਮੇਰਾ ਨਛੱਤਰ ਸਿੰਘ ਸਿੱਧੂ ਇਹ ਸਭ ਤੋਂ ਵੱਡੇ ਮੇਰੇ ਮਾਮਾ ਜੀ ਦਲੀਪ ਸਿੰਘ ਸਿੱਧੂ ਉਹਨਾਂ ਨੂੰ ਵੀ ਦਿਖਾ ਦਿਓ ਮਾਂ 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 ਦੋ ਵਾਰ ਕਹਿੰਦੀ ਆ ਤੇ ਮਾਮਾ ਬਣਦਾ ਇਹ ਮੇਰੇ ਮਾਮੇ ਆ ਜੀ ਦੋਨੇ ਬਹੁਤ ਪਿਆਰੇ ਮੇਰੇ ਮਾਮੇ ਆ ਇਹਨਾਂ ਨਾਲ ਜੱਸੀ ਪੇਧਨੀ ਸਾਹਿਬ ਰਜੀਵ ਖੋਇਲ ਜੀ ਫਤਿਹ ਸਿੰਘ ਰਾਮਗੜ੍ਹ ਮਾਸਟਰ ਗੁਰਮੇਲ ਸਿੰਘ ਯੁੱਧਵੀਰ ਸਿੰਘ ਨਥਾਣਾ ਯੁੱਧਵੀਰ ਕਿੱਥੇ ਲੈ ਪਿੱਛੇ ਨੂੰ ਗਈ ਕਰਦਾ ਯੁੱਧਵੀਰ ਤਾਂ ਪਾਪਾ ਜੀ ਸਰ ਚਾਰੋਂ ਸੋ ਜਾਣਾ ਗੁੱਸੇ ਹੋ ਜਾਣਾ ਯੁੱਧਵੀਰ ਨੇ ਦਿਖਾਇਆ ਰਾਜਵਿੰਦਰ ਸਿੰਘ ਮੱਲੀ ਤੇ ਜਗਦੇਵ ਸਿੰਘ ਲਓ ਜੀ ਹੁਣ ਅਸੀਂ ਜਾ ਕੇ ਕਰਨਾ ਹਿਸਾਬ ਕਿਤਾਬ ਪਿੰਡ ਵਾਲੇ ਮੈਂ ਇੱਥੇ ਹੀ ਆ ਮੈਂ ਚੱਲਿਆ ਲਓ ਜੀ ਗਾਲੀ ਬਹੁਤ ਆ ਧੁੰਦਲਾ ਬਹੁਤ ਮਾੜਾ ਹਾਲ ਆ ਬਹੁਤ ਕਾਣਿਆਂ ਦੇ ਦੂਰ ਪਹੁੰਚਣਾ 100-150 ਬੰਦਿਆਂ ਦੀ ਸਾਡੀ ਯੂਨਿਟ ਪਿੰਡ ਵਾਲਿਆਂ ਦੀ ਮਾਮਾ ਜੀ ਇੱਕ ਮਿੰਟ ਫੋਟੋ ਨੇ ਜਿਹੜੀ ਜਾਨ ਫੋਟੋ ਲੈਂਦੀ ਨਾ ਕੈਮਰੇ ਜਿਹੜੇ ਫੜਨ ਵਾਲੇ ਆ ਜਿਨ੍ਹਾਂ ਨੇ ਆ ਕੈਮਰਾ ਪਾਤਾ ਮੋਬਾਈਲਾਂ 'ਚ ਫੁੱਲ ਦੇ ਹੱਥ ਜਾਣ ਸਾਹ ਲੈਣਾ ਨਹੀਂ ਮਿਲਦਾ ਮੁਰਗੀ ਮੂੰਹ 'ਚ ਹੁੰਦੀ ਆ ਬਾਈ ਫੋਟੋ ਕਰਾਈ ਜੰਗ ਜੰਕਸ਼ਨ ਇਹਨਾਂ ਦਾ ਸੋਨੂ ਪ੍ਰਧਾਨ ਇਹ ਭੰਗੜੇ ਦੀਆਂ ਟੀਮਾਂ ਸਾਰੀਆਂ ਇਹ GIO ਦੇ ਨਾਲ ਮੇਰੇ ਨਾਲ ਸ਼ੁਰੂ ਹੋਇਆ ਸੀ ਤੇ ਮਾਲਕ ਨੇ ਅੱਜ ਕੋਈ ਐਸੀ ਪੰਜਾਬੀ ਦੀ ਫਿਲਮ ਨਹੀਂ ਐਸਾ ਕੋਈ ਗਾਣਾ ਨਹੀਂ ਵੀਡੀਓ ਨਹੀਂ ਜਿਹਦੇ ਸੋਨੂ ਤੁਹਾਨੂੰ ਨਹੀਂ ਨਜ਼ਰ ਆਉਂਦਾ ਜਾਂ ਦੀ ਸਾਰੀ ਟੀਮ ਨਹੀਂ ਨਜ਼ਰ ਆਉਂਦੀ ਤੇ ਸੋ ਸੋਨੂ ਦੀ ਥੋੜੀ ਜਿਹੀ ਦਾ ਹੁਕਮ ਆ ਬਸ ਜਾਂਦੇ ਜਾਂਦੇ ਦੋ ਬੋਲ ਜੰਗ ਜੰਕਸ਼ਨ ਰੇਲਾ ਦਾ ਸੇਖੋ ਸਾਹਿਬ ਬੜਾ ਆਓ ਅੱਗੇ ਨਾਲ ਕੋਣ ਗੁਰਪ੍ਰੀਤ ਸ਼੍ਰੀ ਜੀ ਲਾਉਣੇ ਬੋਲਦਾਂਗੇ ਫੜੋ ਮਾਈਕ ਚੱਕ ਕੇ ਬੜਾ ਚੱਕ ਕੇ ਨਾਲ ਸਰੰਗੀ ਚੱਕ ਕੇ ਨਹੀਂ ਬੋਲ ਵੀ ਚੱਕ ਕੇ ਕੋਈ ਨਾ ਭੁੱਲ ਮਨਪ੍ਰੀਤ ਟਵਾਣਾ ਸਾਹਿਬ ਆਜੋ ਅੱਗੇ ਆਓ ਤੁਹਾਨੂੰ ਵੀ ਸਭ ਦਰਸ਼ਨ ਕਰ ਲਓ ਦੁਨੀਆ ਭਰ ਦੇ ਵਿੱਚ ਪੰਜਾਬੀ ਸਤਿਕਾਰਯੋਗ ਵੀਰ ਭੈਣਾਂ ਸਾਰੇ ਆਪਾਂ ਨੂੰ ਦੇਖ ਰਹੇ ਆ ਸਾਉਣ ਦੇ ਮਹੀਨੇ ਵਿੱਚ ਕੁੜੀਆਂ ਦੇ ਸੀਨੇ ਵਿੱਚ ਕਿਕਲੀਆਂ ਪਾਉਂਦੇ ਲੱਖਾਂ ਚਾਰ ਉਹ ਗੀਤ ਦੀ ਖੂਬਸੂਰਤ ਕਲਮ ਮੇਰਾ ਵੀਰ ਮਨਪ੍ਰੀਤ ਟਵਾਣਾ ਇਹਦੇ ਨਾਲ ਮੋਹੀ ਇਹਨਾਂ ਵੀ ਜਿੱਤੇ ਹੋਈਏ ਪਹੁੰਚ ਜਾਂਦੇ ਆ ਟਵਾਣਾ ਸਾਹਿਬ ਸੋ ਟਵਾਣਾ ਜੀ ਲਓ ਜੀ ਜੰਗ ਜੰਕਸ਼ਨ ਰੇਲਾਂ ਦੇ ਦੋ ਬੋਲ ਥੱਲੇ ਨਾ ਸੈੱਟ ਤੋਂ ਮੈਨੂੰ ਸੇਤ ਚਲੋ ਹੋਰਲ ਸੰਗ ਕਾਫਲੇ ਦੇ ਤੇ ਛੇਤੀ ਬਨ ਬਿਸਤਰਾ ਕਾਫਲ ਓਏ ਕਈ ਪਹਿਲੀ ਡਾਕ ਚੜੇ ਤੇ ਬਾਕੀ ਟਿਕਟਾਂ ਲੈਣ ਮੁਸਾਫਰ ਹੈ ਸਿਗਨਲ ਹੋਇਆਗਾ ਗਾਰਡ ਬਿਸਲਾ ਪਿਆ ਵਜਾਵੇ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਗਿਆ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੇ ਤੂੰ ਦੁਨੀਆ ਦੇ ਓਏ
ਖਸੇ ਤੂੰ ਖੜੀਆਂ ਲੱਗਦੇ ਅਰਬਾਂ ਗੋਰ ਖਵਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੈਂਦੀ ਫਿਰਦੀ ਮੌਤ ਕਰਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਬਈ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਓਕੇ ਬਾਈ ਬਾਈ ਬਹੁਤ ਮਿਹਰਬਾਨੀ ਜੀ ਹੁਣ ਤੁਹਾਨੂੰ ਸਟਾਲਨ ਵੀਰ ਜੀ ਦੀ ਡਾਇਰੈਕਸ਼ਨ ਹੇਠ ਬਾਬੂ ਸਿੰਘ ਮਾਨ ਮਰਾੜਾ ਵਾਲਾ ਮਾਨ ਸਾਹਿਬ ਦੀ ਕਲਮ ਨੂੰ ਕੌਣ ਭੁੱਲ ਸਕਦਾ ਉਹਨਾਂ ਦਾ ਖੂਬਸੂਰਤ ਲਿਖਿਆ ਗੀਤ ਤੇ ਟਾਈਗਰ ਸਟਾਈਲ ਦੇ ਸੰਗੀਤ ਦੇ ਵਿੱਚ ਸ਼ੇਰ ਗਾਣਾ ਉਹਦੀ ਅਸੀਂ ਹੁਣੇ ਸ਼ੂਟਿੰਗ ਕੰਪਲੀਟ ਕਿਮੂ ਨੇ ਕੀਤੀ ਆ ਤੇ ਬਸ ਬਹੁਤ ਜਲਦੀ ਤੁਹਾਡੇ ਕੋਲ ਸ਼ੇਰ ਗਾਣਾ ਲੈ ਕੇ ਅਸੀਂ ਪਹੁੰਚ ਰਹੇ ਹਾਂ ਕਿਉਂਕਿ ਕਿਹੜਾ ਸੱਪਾਂ ਨੂੰ ਸਿਖਾਉਂਦਾ ਡੰਗ ਮਾਰਨੇ ਕਿਹਦੇ ਸ਼ੇਰਾਂ ਨੂੰ ਸਿਖਾਇਆ ਕਿਵੇਂ ਕਰੀਦਾ ਸ਼ਿਕਾਰ ਜਿਉਂਦੇ ਵਾਸਤੇ ਨੂੰ ਥੈਂਕ ਯੂ ਸੋ ਮਚ।